ਨਾਜਾਇਜ਼ ਸਬੰਧਾਂ ਦੇ ਚੱਲਦਿਆਂ ਹੋਇਆ ਮਹਿਲਾ ਦਾ ਬਹਿਰੇਮੀ ਦੇ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ। ਕੋਟਕਪੂਰਾ ਦੇ ਪਿੰਡ ਔਲਕ ਵਿਖੇ ਨਾਜਾਇਜ਼ ਸਬੰਧਾਂ ਦੇ ਚੱਲਦਿਆਂ ਇੱਕ ਮਹਿਲਾ ਦਾ ਕਿਰਚ ਦੇ ਨਾਲ ਵਾਰ ਕਰਕੇ ਕਤਲ ਕਰ ਦਿੱਤਾ ਗਿਆ। ਮਾਮਲੇ ਦੀ ਥਾਣਾ ਸਦਰ ਪੁਲਿਸ ਦੇ ਵੱਲੋਂ ਸ਼ਿਕਾਇਤ ਦਰਜ ਕੀਤੀ ਗਈ ਹੈ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਜਾਣਕਾਰੀ ਦੇ ਮੁਤਾਬਕ 45 ਸਾਲਾ ਮਹਿਲਾ ਸੁਖਪ੍ਰੀਤ ਕੌਰ ਪਿੰਡ ਦੇ ਕਿਸੇ ਘਰ ਦੇ ਵਿੱਚ ਕੰਮ ਕਰਨ ਵਾਸਤੇ ਜਾ ਰਹੀ ਸੀ ਕਿ ਪਹਿਲਾਂ ਤੋਂ ਹੀ ਤਾਕ ਦੇ ਵਿੱਚ ਬੈਠੇ ਗੋਰਾ ਸਿੰਘ ਨਾਮਕ ਵਿਅਕਤੀ ਨੇ ਕਿਰਚ ਮਾਰ ਕੇ ਉਸ ਉੱਤੇ ਹਮਲਾ ਕਰ ਦਿੱਤਾ ਅਤੇ ਉਸਨੂੰ ਪੂਰੀ ਤਰ੍ਹਾਂ ਦੇ ਨਾਲ ਜ਼ਖਮੀ ਕਰ ਦਿੱਤਾ ਗਿਆ। ਜ਼ਖਮੀ ਮਹਿਲਾ ਨੂੰ ਪਹਿਲਾਂ ਕੋਟਕਪੂਰਾ ਸਿਵਲ ਹਸਪਤਾਲ ਲਿਜਾਇਆ ਗਿਆ ਅਤੇ ਉੱਥੋਂ ਫਰੀਦਕੋਟ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ ਜਿੱਥੇ ਉਸਦੀ ਮੌਤ ਹੋ ਗਈ ਹੈ। ਮਾਮਲੇ ਸੰਬੰਧੀ ਗੱਲਬਾਤ ਕਰਦਿਆਂ ਮ੍ਰਿਤਕਾਂ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਸੁਖਪ੍ਰੀਤ ਕੌਰ ਦਾ ਪਤੀ ਕੁਝ ਸਾਲਾਂ ਤੋਂ ਵਿਦੇਸ਼ ਦੇ ਵਿੱਚ ਰਹਿੰਦਾ ਜਦਕਿ ਉਸਦੀ ਘਰਵਾਲੀ ਅਤੇ ਬੱਚੇ ਪਿੰਡ ਦੇ ਵਿੱਚ ਰਹਿੰਦੇ ਨੇ। ਉਹਨਾਂ ਦੱਸਿਆ ਕਿ ਕੁਝ ਦੇਰ ਸੁਖਪ੍ਰੀਤ ਅਤੇ ਗੋਰਾ ਸਿੰਘ ਦੇ ਸੰਬੰਧ ਰਹੇ ਸਨ ਪਰ ਹੁਣ ਸੁਖਪ੍ਰੀਤ ਨੇ ਗੋਰਾ ਸਿੰਘ ਤੋਂ ਕਿਨਾਰਾ ਕਰ ਲਿਆ ਸੀ ਜਿਸਦੇ ਗੁੱਸੇ ਦੇ ਵਿੱਚ ਉਸਨੂੰ ਧਮਕੀਆਂ ਦਿੰਦਾ ਸੀ ਅਤੇ ਇਸੇ ਦੇ ਚੱਲਦਿਆਂ ਅੱਜ ਉਸਦੇ ਵੱਲੋਂ ਹਮਲਾ ਕਰਕੇ ਉਸਨੂੰ ਜਾਨੋਂ ਮਾਰ ਦਿੱਤਾ ਗਿਆ। ਉਧਰ ਪੁਲਿਸ ਪ੍ਰਸ਼ਾਸਨ ਤੋਂ ਇਸ ਮਾਮਲੇ ਦੇ ਵਿੱਚ ਇਨਸਾਫ ਦੀ ਮੰਗ ਕੀਤੀ ਗਈ ਹੈ। ਦੂਜੇ ਪਾਸੇ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਪੂਰੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ ਅਤੇ ਇਸ ਨੂੰ ਅੰਜਾਮ ਦੇਣ ਵਾਲੇ ਵਿਅਕਤੀ ਦੇ ਖਿਲਾਫ਼ ਮਾਮਲਾ ਦਰਜ ਕਰ ਉਸਦੀ ਭਾਲ ਸ਼ੁਰੂ ਕਰ ਦਿੱਤੀ ਹੈ। ਅਸੀਂ ਔਲਖ ਪਿੰਡ ਦੇ ਰਹਿਣ ਵਾਲੇ ਵਾਸੀ। ਕੀ ਨਾਂ ਕੀ ਹੈ ਤੁਹਾਡਾ? ਸਾਡਾ ਨਾਂ ਕੁਲਵੰਤ ਸਿੰਘ। ਕੁਲਵੰਤ ਸਿੰਘ ਜੀ, ਕੀ ਗੱਲਬਾਤ ਹੋਈ ਹੈ ਜਿਹੜੀ ਪਿੰਡ ਦੇ ਵਿੱਚ ਜਿਹੜਾ ਮਾਮਲਾ ਸਾਹਮਣੇ ਆਇਆ? ਇਹ ਗੱਲਬਾਤ ਹੋਈ ਕੋਟਕਪੂਰੇ ਦਾ ਮੁੰਡਾ ਸੀਗਾ ਜੀ। ਸਾਰੀ ਰਾਤ ਦਾ ਸਾਡੇ ਇੱਥੇ ਸੌਦਾ ਕੇਂਦਰ ਹੈ ਜੀ, ਸੌਦਾ ਕੇਂਦਰ ਦੇ ਵਿੱਚ ਸਾਰੀ ਰਾਤ ਪਿਆ ਰਿਹਾ। ਕੱਢ ਕੇ ਸਾਡੀ ਨੂੰਹ ਰਾਣੀ ਜਾਣੀ ਕਿ ਮਤਲਬ ਦੁੱਧ ਲੈਣ ਗਈ, ਜ਼ਿਮੀਂਦਾਰਾਂ ਦੇ ਘਰੇ ਕੰਮ ਕਰਦੇ, ਅਤੇ ਦੁੱਧ ਲੈਣ ਗਈ ਦੇ ਅਤੇ ਜਾਣੀ ਕਿ ਮਤਲਬ ਸੌਦਾ ਕੇਂਦਰ ਦੇ ਵਿੱਚੋਂ ਨਿਕਲ ਕੇ ਮਗਰ ਲੱਗ ਗਿਆ ਜੀ। ਮਗਰ ਲੱਗਣ ਕਾਰਨ ਤੁਰਿਆ ਜਾਂਦਾ ਜੀ, ਮਗਰ ਤੁਰਿਆ ਜਾਂਦਾ ਜੀ, ਮੂਹਰੇ ਮੂਹਰੇ ਗੁੜੀਆ ਤੁਰੀ ਜਾਂਦੀ ਹੈ। ਜਾ ਕੇ ਜਾਣੀ ਕਿ ਮਤਲਬ ਵਿਚਾਲੇ ਸੱਥ ਦੇ ਉੱਥੇ ਸਾਡੇ ਜਿਨ੍ਹਾਂ ਦੇ ਘਰੇ ਕੰਮ ਕਰਦੀ ਹੈ ਕੁੜੀ, ਉਹਨਾਂ ਦੇ ਬਾਰਾਂ ਦੇ ਵਿੱਚ ਜਾ ਕੇ ਜਾਣੀ ਕਿ ਮਤਲਬ ਉਹਨੇ ਵਾਰ ਕਰਨੇ ਸ਼ੁਰੂ ਕਰਤੇ ਜੀ। ਉਹਦੇ 'ਚ ਜੋ ਵਾਰ ਕਰਨੇ ਸ਼ੁਰੂ ਕਰਤੇ ਉੱਥੇ ਕੋਈ ਦਿਸਿਆ ਨਹੀਂ ਗਾ ਜੀ, ਕੋਈ ਮਤਲਬ ਉੱਥੋਂ ਘਰੋਂ ਨਿਕਲਿਆ ਜੀ ਕੋਈ। ਉਹਨੇ ਜੋ ਦਬਕਾ ਦੁਬਕਾ ਮਾਰਿਆ ਉਹਨੂੰ, ਫਿਰ ਉਹ ਜਾਣੀ ਕਿ ਮਾਰ ਕੇ ਉਹਦੇ ਕਿਰਪਾ ਕਰਚਾ ਕੁਰਚਾ ਮਾਰ ਕੇ ਜੀ ਉਹ ਕੁੜੀ ਉੱਥੇ ਡਿੱਗ ਪਈ ਹੈ ਅਤੇ ਉਹ ਜੀ ਉੱਥੋਂ ਸੱਟ ਕੇ ਅਤੇ ਭੱਜ ਗਿਆ। ਕਿੰਨੀ ਕੁ ਉਮਰ ਸੀ ਔਰ ਕੀ ਨਾਂ ਸੀਗਾ ਤੁਹਾਡੀ? ਉਹਦੀ 45 ਸਾਲ ਦੀ ਉਮਰ ਹੈ ਜੀ। ਕੀ ਨਾਂ ਸੀ? ਨਾਂ ਸੁਖਪ੍ਰੀਤ ਜੀ। ਕਿੰਨੇ ਬੱਚੇ ਉਹਦੇ? ਬੱਚੇ 3 ਹੈ ਜੀ। ਅਤੇ ਉਹਨਾਂ ਦੇ ਹਸਬੰਡ ਜਿਹੜੇ ਕਿੱਥੇ ਰਹਿੰਦੇ? ਉਹ ਬਾਹਰ ਰਹਿੰਦੇ ਜੀ, ਬਾਹਰ ਗਏ ਹੋਏ ਜੀ, 7-8 ਸਾਲ ਹੋ ਗਏ ਜੀ ਉਹਨਾਂ ਨੂੰ ਗਿਆ ਨੂੰ। ਕਿਹੜੀ ਕੰਟਰੀ ਗਏ? ਇਹ ਦੁਬਈ 'ਚ ਗਏ ਹੋਏ ਜੀ। ਤੁਹਾਨੂੰ ਕੀ ਲੱਗਦਾ ਵੀ ਇਹ ਜਿਹੜਾ ਮਾਮਲਾ ਹੈ ਕਿਵੇਂ ਕਿਉਂ ਵਾਪਰਿਆ ਇਸ ਬਾਰੇ? ਇਹਦੇ ਵਾਪਰਿਆ ਜੀ ਬਹੁਤ ਗਲਤੀ ਹੋਇਆ, ਜਾਣੀ ਕਿ ਮਤਲਬ ਦੂਜੇ ਪਿੰਡ ਦਾ ਆ ਕੇ ਜੀ ਬੰਦਾ ਹੁਣ ਪਿੰਡ ਦੇ ਵਿੱਚ ਆ ਕੇ ਵਾਰ ਕਰੇ, ਕੋਈ ਗਲਤੀ ਹੈ ਜੀ। ਕਿੱਥੋਂ ਦਾ ਬੰਦਾ? ਇਹ ਕੋਟਕਪੂਰੇ ਦਾ ਬੰਦਾ ਜੀ। ਹੁਣ ਕੀ ਮੰਗ ਕਰਦੇ? ਮੰਗ ਅਸੀਂ ਇਹੀ ਕਰਦੇ, ਸਾਨੂੰ ਇਨਸਾਫ਼ ਹੋਣਾ ਚਾਹੀਦਾ ਜੀ ਇਸ ਚੀਜ਼ ਦਾ। ਮਰਨ ਵਾਲੀ ਲੇਡੀਜ਼ ਦਾ ਕੀ ਨਾਂ ਸੀ? ਉਹਦਾ ਸੁਖਪ੍ਰੀਤ ਜੀ। ਮੇਰਾ ਪਿੰਡ ਹੈਗਾ ਜੀ ਔਲਖ, ਮੇਰਾ ਨਾਮ ਸਤਨਾਮ ਆ ਜੀ, ਮੇਰੀ ਭਰਜਾਈ ਆ ਵੱਡੀ। ਤੇ ਜਣੀ ਵੀ ਉਹ ਕੰਮ ਕਰਨ ਗਏ 6:30 ਵਜੇ ਦੀ ਗੱਲ ਹੈ ਜੀ। ਤੇ ਜਣੀ ਕੋਟਕਪੂਰੇ ਦਾ ਬੰਦਾ ਗੁਰਮੀਤ ਸਿੰਘ ਵੀ ਉਹ ਜਿੱਥੋਂ ਮਗਰ ਲੱਗ ਗਿਆ ਸਾਡੇ ਪਿੰਡੀ ਤੇ ਇੱਥੇ ਸੀਗਾ, ਤੇ ਜਦੋਂ ਗਿਆ ਉਹਨੇ ਕੈਚਾਂ ਨੇ ਬੇਰਹਿਮੀ ਨਾਲ ਉਹਦਾ ਕਤਲ ਕਰਤਾ ਤੇ ਸਾਨੂੰ ਇਨਸਾਫ਼ ਚਾਹੀਦਾ ਜੀ। ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਇਹ ਗੱਲ? ਸਾਨੂੰ ਇਹ ਗੱਲ ਦਾ ਵੀ ਜਣੀ ਸਾਨੂੰ ਲੋਕਾਂ ਨੇ ਦੱਸਿਆ ਵੀ ਐਂ ਕਰਕੇ ਵੀ ਆਹ ਗੱਲ ਹੈ ਵੀ ਉਹਨਾਂ ਦੇ ਬਾਹਰ 'ਚ ਪਈ ਆ ਮਾਰੀ, ਤੁਸੀਂ ਜਾ ਕੇ ਦੇਖੋ ਵੀ ਕਿਵੇਂ ਆ, ਜਾਂ ਮਰ ਗਈ ਆ ਜਾਂ ਜਿਉਂਦੀ ਹੈ। ਤੇ ਕਰਚਾ ਮਾਰ ਕੇ ਉਹਦਾ ਕਤਲ ਕੀਤਾ ਗਿਆ ਜੀ। ਮਰਨ ਵਾਲੇ ਦਾ ਕੀ ਨਾਂ ਸੀ ਔਰ ਕਿੰਨੀ ਉਮਰ ਉਹਨੇ? ਉਹਨਾਂ ਦੀ ਉਮਰ ਹੈਗੀ 45 ਸਾਲ ਜੀ, ਸੁਖਪ੍ਰੀਤ ਉਹਦਾ ਨਾਂ ਜੀ, ਤੇ ਕੋਟਕਪੂਰੇ ਦਾ ਰਹਿਣ ਵਾਲਾ ਬੰਦਾ ਉਹਦਾ ਨਾਂ ਗੁਰਮੀਤ ਸਿੰਘ ਹੈ ਜੀ। ਤੇ ਜਿਹੜਾ ਮੇਰਾ ਬਰਾਦਰ ਆ ਉਹ ਬਾਹਰ ਵਿਦੇਸ਼ ਹੈ ਜੀ। ਹਾਂਜੀ, ਤੇ ਬੱਚੇ ਇੱਥੇ ਹੈ ਜਿਹੜੇ ਇਹਨਾਂ ਜੀ
ਸੁਖਪ੍ਰੀਤ ਕੌਰ ਇਹਨਾਂ ਦਾ ਨਾਮ ਹੈਗਾ। ਇਹਨਾਂ ਦੀ ਉਮਰ ਸੀਗੀ 45-46 ਸਾਲ ਕਰੀਬ। ਇਹ ਸਵੇਰੇ 7:45 ਦੇ ਵਿਚਕਾਰ ਟਾਈਮ ਸੀਗਾ ਜਦ ਇਹ ਆਪਣਾ ਦੁੱਧ ਲੈ ਕੇ ਆ ਰਹੇ ਸੀਗੇ। ਤਾਂ ਇਹ ਇੱਕ ਜਿਹੜਾ ਗੁਰਮੀਤ ਸਿੰਘ ਉਰਫ ਗੋਰਾ ਗੋਰੀ ਵੀ ਕਹਿ ਦਿੰਦੇ ਆ, ਇਸ 34 ਸਾਲ ਦੀ ਉਮਰ ਦਾ ਇੱਕ ਵਿਅਕਤੀ ਆ। ਇਸ ਨੇ ਜਿਹੜਾ ਹੈਗਾ ਕਿਰਚਾ ਮਾਰ ਕੇ ਉਹਨਾਂ ਦਾ ਮਰਡਰ ਕਰਤਾ ਹੈਗਾ। ਜਦ ਪੁਲਿਸ ਨੂੰ ਸੂਚਨਾ ਮਿਲੀ ਫਿਰ ਸਾਰੇ ਆਪਣਾ ਇੰਸਪੈਕਟਰ ਸੀ ਰਜੇਸ਼ ਕੁਮਾਰ ਜੀ, ਫੋਰੈਂਸਿਕ ਟੀਮ ਔਰ ਮੈਂ ਔਰ ਸੰਬੰਧਿਤ SHO ਸਾਰੇ ਅਸੀਂ ਉੱਥੇ ਮੌਕੇ 'ਤੇ ਰਸ਼ ਕੀਤਾ। ਜਦ ਉੱਥੇ ਜਾ ਕੇ ਸਾਨੂੰ ਜਿਹੜਾ ਹੈਗਾ ਬਲੱਡ ਵਗੈਰਾ ਸਾਨੂੰ ਉਹ ਚੀਜ਼ਾਂ ਮਿਲੀਆਂ ਹੈਗੀਆਂ ਔਰ ਇਹਦੀ ਬੰਦੇ ਦੀ ਸ਼ਨਾਖਤ ਹੋ ਚੁੱਕੀ ਆ, ਕਾਰਵਾਈ ਚੱਲ ਰਹੀ ਹੈਗੀ ਆ, ਤਾਂ ਇਹਨੂੰ ਦੋਸ਼ੀ ਨੂੰ ਜਲਦੀ ਫੜ ਲਵਾਂਗੇ ਜੀ। ਮੁੱਢਲੀ ਪੜਤਾਲ 'ਚ ਸਰ ਕੀ ਸਾਹਮਣੇ ਆਇਆ ਵੀ ਕਿਉਂ ਮਤਲਬ ਇਹ ਜਿਹੜਾ ਇਸ ਬੰਦੇ ਦਾ ਨਾ ਜੀ ਉਹਨਾਂ ਦੇ ਘਰ ਦੇ ਵਿੱਚ ਆਉਣਾ ਜਾਣਾ ਸੀਗਾ ਕਾਫੀ ਸਮੇਂ ਤੋਂ, ਅਤੇ ਉਸ ਵਜ੍ਹਾ ਕਰਕੇ ਜਿਹੜਾ ਇਹਨਾਂ ਦਾ ਕੋਈ ਅੰਦਰੂਨੀ ਕਲੇਸ਼ ਚੱਲ ਰਿਹਾ ਸੀਗਾ ਜੀ। ਇਸ ਤਰ੍ਹਾਂ ਜੀ ਇਹ ਜਦੋਂ ਚੁੰਝ ਚਰਚਾ ਹੁੰਦੀ ਆ ਉਹਦੇ ਵਿੱਚ ਤਾਂ ਇਹ ਗੱਲਾਂ ਆ ਹੀ ਰਹੀਆਂ ਹੈਗੀਆਂ, ਪਰ ਮਤਲਬ ਆਪਾਂ ਆਵਾਜਾਈ ਵੀ ਕਹਿ ਸਕਦੇ ਹਾਂ। ਹੁਣ ਜੀ ਕੇਸ ਰਜਿਸਟਰ ਕੀਤਾ ਜਾ ਰਿਹਾ, ਆਪਾਂ ਜਿਹੜੀ ਦੂਸਰੀਆਂ ਪੁਲਿਸ ਪਾਰਟੀਆਂ ਉਹ ਆਪਣਾ ਕੰਮ ਕਰ ਰਹੇ ਹਾਂ, ਅਸੀਂ ਇਹਨਾਂ ਨੂੰ ਜਿਹੜਾ ਦੋਸ਼ੀ ਨੂੰ ਲੱਭ ਰਹੇ ਹਾਂ ਉਹਨੂੰ ਜਲਦੀ ਗ੍ਰਿਫਤਾਰ ਕੀਤਾ ਜਾਊਗਾ ਜੀ।